ਸੁਖਬੀਰ ਬਾਦਲ ਵੀ ਨਾਲ ਸੀ ਅਤੇ ਪ੍ਰਦੀਪ ਭੁੱਲਰ ਵੀ ਨਾਲ ਸਨ। ਅੱਜ ਕਿਵੇਂ ਮੰਨ ਲਈਏ ਕਿ ਅੱਡ ਹੋ ਕੇ ਅਤੇ ਉਹ 164 'ਚ ਬਿਆਨ ਦੇ ਕੇ ਅਤੇ ਸੱਚਾ ਸੁਮਿੱਤਰਾ ਬਣ ਗਏ। ਉਸ ਵਕਤ ਇਹਨਾਂ ਲੋਕਾਂ ਨੇ ਰਲ ਕੇ ਫਿਲਮਾਂ ਵੀ ਚਲਾਈਆਂ, ਗੁਰੂ ਗ੍ਰੰਥ ਸਾਹਿਬ ਪਾੜੇ, ਅੱਗਾਂ ਲਾਈਆਂ, ਚੋਰੀਆਂ ਕੀਤੀਆਂ, ਸਿੱਖ ਨੌਜਵਾਨ ਬੱਚੇ ਮਾਰੇ। ਬੇਅਦਬੀ ਕਾਂਡ, 328 ਸਰੂਪ, ਸਾਰਾ ਕੁਛ ਪੰਜਾਬ ਦੇ ਮੁੱਦਿਆਂ ਨੂੰ ਭੁੱਲ ਕੇ ਕੇਸਰੀ ਨਿਸ਼ਾਨਾਂ ਵੱਲ ਨੂੰ ਤੁਰ ਪਏ। ਨਿਸ਼ਾਨ ਕੇਸਰੀ ਹੈ, ਨਿਸ਼ਾਨ ਬਸੰਤੀ ਹੈ, ਨਿਸ਼ਾਨ ਨੀਲਾ ਹੈ। ਇਹਦਾ ਖੁਲਾਸਾ ਤੇ ਪੰਥਕਰ ਰੂਪੀ 100 ਸਾਲ ਤੋਂ ਲਾਇਆ ਕਹਿੰਦੇ। ਲਾਉਣ ਵਾਲੇ ਕੌਣ ਸੀ ਤੇ ਇਹ ਰੱਖਣ ਵਾਲੇ ਕੌਣ ਸੀ? ਅੱਜ ਇਹਨਾਂ ਨੂੰ ਯਾਦ ਆਈ ਜਦੋਂ ਉਹ ਸੱਤਾ ਤੋਂ ਲਾਂਭੇ ਹੋ ਗਏ। ਵੱਡਾ ਬਾਦਲ ਦੋਸ਼ੀ ਸੀ, ਉਹ ਮਰ ਗਿਆ, ਹੁਣ ਉਹਦੀ ਮੜੀ ਪੁੱਟ ਰਿਹਾ, ਹੁਣ ਉਹਦਾ ਕਸੂਰ ਕੱਢ ਦੇਣਗੇ। ਬਾਦਲ ਨੂੰ ਇਹਨੂੰ ਬਰੀ ਕਰਨ ਵਾਸਤੇ ਇੱਕ ਧੜਾ ਵੱਖਰਾ ਬਣ ਗਿਆ। ਕੁੱਲ ਮਿਲਾ ਕੇ ਇੱਕ ਡਰਾਮਾ ਚੱਲ ਰਿਹਾ ਆ। ਕੀ ਲੱਗਦਾ ਜਿਹੜਾ ਬਾਗੀ ਅਕਾਲੀ ਦਲ ਬਣ ਰਿਹਾ, ਉਹ ਅਕਾਲੀ ਦਲ ਸਹੀ ਸੀਧ ਦੇ ਪਾਊਗਾ ਪੰਜਾਬ ਨੂੰ ਜਾਂ ਪੰਥ ਨੂੰ? ਚਾਹੇ ਉਹ ਬਾਦਲ ਵਿਰੋਧੀ ਨੇ ਤੇ ਚਾਹੇ ਉਹ ਬਾਦਲ ਕੇ ਆ, ਇਹ ਕੇਵਲ ਡਰਾਮਾ ਹੋ ਰਿਹਾ ਆ। ਇਹਨਾਂ ਨੂੰ ਵਿਰੋਧੀ ਮਤ ਸਮਝੋ, ਇੱਕ ਬਾਂਦਰ ਕੁੱਟ ਲਓ, ਬਾਕੀ ਬਾਂਦਰ ਬਚਾ ਲਓ, ਇਹਨਾਂ ਦਾ ਜ਼ੋਰ ਲੱਗਾ। ਜਿਸ ਅਕਾਲ ਤਖਤ ਸਾਹਿਬ ਨੂੰ ਸੁਖਬੀਰ ਬਾਦਲ ਦਾ ਪਿਓ ਠੁੱਡ ਮਾਰਦਾ, ਜਥੇਦਾਰ ਨੂੰ ਗਲੋਂ ਫੜ ਲੈਂਦਾ, ਤੇ ਕਿਹੜੇ ਅਕਾਲ ਤਖਤ ਤੇ ਕਿਹੜੇ ਜਥੇਦਾਰ ਦੀ ਤੇ ਕਿਹੜੇ ਨਿਮਾਣੇ ਸਿੱਖ ਦੀ ਗੱਲ ਕਰਦੇ? ਤੁਸੀਂ ਬਾਹਰ ਅਪਰਾਧ ਕਰਕੇ ਗੁਰਦੁਆਰਾ ਸਾਹਿਬ ਮਾਫ਼ੀ ਮੰਗ ਸਕਦੇ ਹੋ, ਪਰ ਇਹ ਲੋਕ ਤੇ ਗਲਤੀਆਂ ਗੁਨਾਹ ਹੀ ਗੁਰਦੁਆਰਿਆਂ 'ਚ ਕਰ ਚੁੱਕੇ। ਪੇਸ਼ੀ ਭੁਗਤਣ ਲਈ ਨਹੀਂ, ਉਹ ਫਰਮਾਨ ਦੇਣ ਆਇਆ ਵੀ ਜਥੇਦਾਰ ਜੀ ਹੁਣ ਅਗਲਾ ਫਰਮਾਨ ਆ ਸੁਣਾਇਓ ਜਿਹੜਾ ਮੈਂ ਤੁਹਾਨੂੰ ਲਿਖ ਕੇ ਦੇ ਚੱਲਿਆ, ਤੇ ਜਥੇਦਾਰ ਦੀ ਫੋਟੋ ਸਾਬਤ ਕਰ ਰਹੀ ਹੈ ਕਿ ਉਹ ਜਥੇਦਾਰ ਨਹੀਂ, ਉਹ ਇਹਨਾਂ ਦਾ ਕਰਮਚਾਰੀ। ਇਹਨਾਂ ਦੇ ਤੇ ਸਜ਼ਾ ਵੀ ਉਹ ਸੁਣਾਉਣੀ ਹੈ। ਤੁਸੀਂ ਜੀ ਇੱਕ ਹਫ਼ਤਾ ਭਾਂਡੇ ਮਾਂਜਿਓ, ਪਾਠ ਸੁਣਿਓ, ਕੀਰਤਨ ਸੁਣਿਓ, ਦੇਗ ਕਰਾਇਓ, ਜੇ ਇਹ ਸਜ਼ਾ ਹੈ ਤੇ ਫਿਰ 550 ਸਾਲ ਤੋਂ ਕਰੀਬਨ ਆ ਜਿੰਨੇ ਲੋਕ ਸੱਚਖੰਡ ਦਰਬਾਰ ਸਾਹਿਬ ਦੇਗ ਕਰਾਉਂਦੇ ਆ, ਲੰਗਰ 'ਚ ਭਾਂਡੇ ਮਾਂਜਦੇ ਆ, ਪਾਠ ਕਰਦੇ ਆ, ਕੀਰਤਨ ਸੁਣਦੇ ਆ, ਕੀ ਇਹ ਸਜ਼ਾ ਭੁਗਤਣ ਆਉਂਦੇ ਆ? ਸੁਖਬੀਰ ਬਾਦਲ ਨੇ ਵੱਡੀ ਬੱਜਰ ਗਲਤੀ ਕੀਤੀ ਹੈ। ਇੱਕ ਉਹਨਾਂ ਦਾ ਬਾਬਾ ਹੈ, ਇੱਕ ਮੈਂ ਪੰਥ ਦਾ ਬਾਬਾ। ਇਹ ਜਿਹੜਾ ਇਹਨੇ ਗੁਰੂ ਬਣਨ ਦੀ ਅਵੱਗਿਆ ਕੀਤੀ ਹੈ, ਮੁਖੀ ਹੋਣ ਦੀ ਗੱਲ ਆਖੀ ਹੈ, ਇਹਦੀ ਸਜ਼ਾ ਇਹਨੂੰ ਭੁਗਤਣੀ ਪੈਣੀ ਹੈ। ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਇੱਕ ਇੰਟਰਵਿਊ ਨੇ ਚਰਚਾ ਛੇੜ ਦਿੱਤੀ ਹੈ, ਚਰਚਾ ਮੁੜ ਤੋਂ ਛੇੜ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਮੁਖੀ ਰਾਮ ਰਹੀਮ ਦੇ ਸੰਬੰਧਾਂ ਨੂੰ ਲੈ ਕੇ, ਜਿਹਨੂੰ ਲੈ ਕੇ ਲੰਮੇ ਸਮੇਂ ਤੋਂ ਵੱਖ ਵੱਖ ਸਿੱਖ ਚਿੰਤਕ ਸਵਾਲ ਉਠਾਉਂਦੇ ਰਹੇ ਹੈ ਕਿ ਕਿਵੇਂ ਮੁਆਫ਼ੀ ਦਿੱਤੀ ਗਈ, ਕਿਵੇਂ ਪੰਜਾਬ 'ਚ ਫਿਲਮਾਂ ਲੱਗਣ ਦਿੱਤੀਆਂ ਗਈਆਂ, ਕਿਵੇਂ ਇਹ ਸਭ ਕੁਝ ਚੱਲਿਆ। ਤਾਂ ਉਹਦੇ ਉੱਤੇ ਪ੍ਰਦੀਪ ਕਲੇਰ, ਜੋ ਕਿ ਡੇਰਾ ਸਿਰਸਾ ਮੁਖੀ ਦੇ ਪੋਲੀਟੀਕਲ ਵਿੰਗ ਦੇ ਮੁਖੀ ਸੀ, ਬੇਅਦਬੀ ਦੇ ਵਿੱਚ ਦੋਸ਼ੀਆਂ ਦੇ ਵਿੱਚ ਵੀ ਪਾਏ ਗਏ ਅਤੇ ਹੁਣ ਉਹ ਗਵਾਹ ਦੇ ਤੌਰ 'ਤੇ ਵੀ ਜਿਹੜਾ ਉਹ ਕੰਮ ਕਰ ਰਹੇ ਹੈ, ਤਾਂ ਉਹਨਾਂ ਵੱਲੋਂ ਇਸ ਇੱਕ ਇੰਟਰਵਿਊ ਦੇ ਵਿੱਚ ਖੁਲਾਸੇ ਕੀਤੇ ਜਾਣੇ, ਸੁਖਬੀਰ ਸਿੰਘ ਬਾਦਲ ਨੂੰ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦੇ ਜਿਹੜਾ ਵਾਅਦਾ ਕੀਤਾ ਜਾਣਾ, ਇਸ ਸਾਰੇ ਨੂੰ ਲੈ ਕੇ ਸਿੱਖ ਚਿੰਤਕ ਭਾਈ ਬਲਦੇਵ ਸਿੰਘ ਵਡਾਲਾ ਕੀ ਸੋਚਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਪ੍ਰਦੀਪ ਕਲੇਰ ਦੀ ਇੰਟਰਵਿਊ ਆਉਂਦੀ ਆ, ਉਹ ਇੱਕ ਗੱਲ ਕਹਿੰਦੇ ਆ ਕਿ 2012 ਦੇ ਵਿੱਚ ਡੇਰਾ ਮੁਖੀ ਦੀ ਫਿਲਮ ਲੱਗਣੀ ਸੀ, ਪੰਜਾਬ 'ਚੋਂ ਲੱਗ ਨਹੀਂ ਰਹੀ ਸੀ, ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਬਾਈਕਾਟ ਸੀ ਪੰਜਾਬ ਦੇ ਵਿੱਚ, ਲਗਾਤਾਰ ਉਹਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਸੀ, ਤਾਂ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਡੇਰਾ ਮੁਖੀ ਕਹਿੰਦੇ ਆ ਕਿ ਪੰਜਾਬ 'ਚ ਫਿਲਮ ਲੱਗਣੀ ਚਾਹੀਦੀ ਹੈ। ਸੁਖਬੀਰ ਬਾਦਲ ਨਾਲ ਗੱਲ ਕਰੋ, 2012 'ਚ ਵੀ ਮਦਦ ਕੀਤੀ ਹੈ, ਹਰਸਿਮਰਤ ਵੇਲੇ ਵੀ ਮਦਦ ਕੀਤੀ ਹੈ ਅਤੇ ਅੱਗੇ ਵੀ ਮਦਦ ਕਰਨੀ ਹੈ, ਪਰ ਜੇ ਐਂ ਕਰਨਗੇ ਫਿਰ ਮਦਦ ਵੀ ਨਹੀਂ ਕਰਨੀ, ਅਤੇ ਉਹਨਾਂ ਨੂੰ ਕਹੋ ਕਿ ਸਾਡੀ ਫਿਲਮ ਲੱਗਣ ਦੇਣ। ਉਸ ਤੋਂ ਬਾਅਦ ਕਹਿੰਦੇ ਮਿਲਦੇ ਹਾਂ, ਮਿਲ ਕੇ ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਜੇ ਉੱਧਰਲਾ ਬਾਬਾ ਤੁਹਾਡੀ ਸਾਰੀ ਪਾਵਰ ਰੱਖਦਾ ਤਾਂ ਇੱਧਰ ਮੇਰੇ ਕੋਲ ਆ।
ਭਾਈ ਸਾਹਿਬ ਇਹ ਸਾਰੀ ਮੁਆਫ਼ੀਨਾਮਾ ਉਹ ਕਹਿੰਦੇ ਦਿੱਤਾ ਜਾਂਦਾ, ਮੁਆਫ਼ੀਨਾਮੇ ਵਿੱਚ ਖਿਮਾ ਜਾਚਕ ਦਾ ਸ਼ਬਦ ਉਹ ਨਹੀਂ ਲਿਖਦੇ, ਆਪ ਲਿਖਿਆ ਜਾਂਦਾ, ਇਹ ਸਾਰੇ ਕਿਸੇ ਨੂੰ ਤੁਸੀਂ ਕਿਵੇਂ ਦੇਣ ਜਿਹੜੀ ਹੁਣ ਚੀਜ਼ ਸਾਹਮਣੇ ਆਈ ਹੈ? ਸਭ ਕਾਹੇ ਲਈ ਮੈਂ ਪੰਥ ਅਤੇ ਪੰਜਾਬ ਦੇ ਲੋਕਾਂ ਨੂੰ ਜਾਂ ਦੁਨੀਆ ਭਰ ਵਿੱਚ ਵੱਸਣ ਵਾਲੇ ਸਿੱਖ ਭਰਾਵਾਂ ਨੂੰ, ਪੰਜਾਬੀਆਂ ਨੂੰ ਅਪੀਲ ਕਰਦਾ ਹਾਂ। ਗੁਰੂ ਘਰ ਦਾ ਕੀਰਤਨੀਆ, ਸਿੱਖ ਸਦਭਾਵਨਾ ਦਲ ਦਾ ਸੇਵਾਦਾਰ ਹੋਣ ਨਾਤੇ, ਸ਼ੇਰੇ ਪੰਜਾਬ ਦਲ ਦਾ ਸਰਪ੍ਰਸਤ ਹੋਣ ਨਾਤੇ, ਵੀ ਤੁਸੀਂ ਇਹ ਗੁੰਮਰਾਹ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹੋ। ਪੰਜਾਬ ਦੇ ਪੁੱਤਾਂ ਨੂੰ ਇਹਨਾਂ ਨੇ ਡੇਰਿਆਂ ਦੇ ਨਾਂ 'ਤੇ ਵੰਡਿਆ, ਚਾਹੇ ਕੋਈ ਸਰਸੇ ਗਿਆ, ਚਾਹੇ ਕੋਈ ਬਿਆਸੇ ਗਿਆ, ਚਾਹੇ ਕੋਈ ਹੋਰ ਪਾਸੇ ਗਿਆ, ਚਾਹੇ ਕੋਈ ਨੂਰ ਮਹਿਲ ਚਲਿਆ ਗਿਆ, ਹੈ ਤਾਂ ਪੰਜਾਬ ਦੇ ਪੁੱਤ ਸੀ। ਤਮਾਸ਼ਾ ਤੀਜੇ ਨੇ ਸਾਹਮਣੇ ਇੱਕ ਪਾਸੇ ਬਹਿ ਕੇ ਵੇਖਿਆ ਹੈ, ਲੜੇ ਕੌਣ? ਤੁਹਾਡੇ ਮੇਰੇ ਵਰਗੇ ਭਰਾ। ਕਿਸੇ ਨੇ ਡੇਰਾ ਪ੍ਰੇਮੀ ਕਹਿਤਾ, ਕਿਸੇ ਨੇ ਪੰਥਕ ਕਹਿਤਾ, ਹੈ ਉਹ ਪੰਜਾਬ ਦੇ ਪੁੱਤ ਸਨ, ਚਾਹੇ ਉਹ ਹਿੰਦੂ ਭਰਾ ਸੀ, ਚਾਹੇ ਮੁਸਲਿਮ ਸੀ, ਚਾਹੇ ਕੋਈ ਸੀ। ਇਸੇ ਤਰ੍ਹਾਂ 1947 ਵਿੱਚ ਵੱਢ ਫੱਟ ਕੀਤੀ ਗਈ ਪੰਜਾਬ ਦੇ ਪੁੱਤਾਂ ਦੀ, ਅੱਜ ਮੁੜ ਡੇਰਿਆਂ ਦੇ ਨਾਂ 'ਤੇ ਉਹਨਾਂ ਨੂੰ ਵੰਡਿਆ ਗਿਆ, ਅਤੇ ਵੰਡ ਕੇ ਇਹੋ ਜਿਹਾ ਜ਼ਹਿਰ ਘੋਲਿਆ ਵੀ ਜੇ ਪੰਜਾਬ ਦੇ ਪੁੱਤਾਂ ਨੂੰ ਜਾਂ ਦੁਨੀਆ ਨੂੰ ਕੋਈ ਕਲਾਵੇ 'ਚ ਲੈਣ ਦੀ ਸਮਰੱਥਾ ਰੱਖਦਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ। ਕਾਂਸ਼ੀ ਰਾਮ ਵਰਗਿਆਂ ਨੇ ਵੀ ਕਹਿਤਾ ਸੀ, ਮਨੁੱਖੀ ਅਧਿਕਾਰਾਂ ਦਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਜੀ। ਹੁਣ ਉਸ ਗੁਰੂ ਗ੍ਰੰਥ ਸਾਹਿਬ ਜੀ 'ਤੇ ਹਮਲੇ ਅਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਦੇ ਵਾਰਸਾਂ ਨੂੰ ਆਪਸ ਵਿੱਚ ਲੜਾਉਣ ਲਈ ਕਦੇ ਫਿਲਮਾਂ ਲਾਉਣ ਦੀ ਗੱਲ ਅਤੇ ਕਦੇ ਬੰਦ ਕਰਨ ਦੀ ਗੱਲ ਅਤੇ ਕਦੇ ਡੇਰੇਦਾਰੀ ਦੀ ਗੱਲ ਅਤੇ ਕਦੇ ਡੇਰੇਦਾਰੀ ਦੇ ਵਿਰੋਧ ਦੀ ਗੱਲ, ਇਹਨਾਂ ਸਾਰਿਆਂ ਨੇ ਮਿਲ ਕੇ, ਸੁਖਬੀਰ ਬਾਦਲ ਵੀ ਨਾਲ ਸੀ ਅਤੇ ਪ੍ਰਦੀਪ ਭੁੱਲਰ ਵੀ ਨਾਲ ਸਨ, ਉਸ ਵਕਤ ਇਕੱਠੇ ਹੀ ਸੀ। ਅੱਜ ਕਿਵੇਂ ਮੰਨ ਲਈਏ ਕਿ ਅੱਡ ਹੋ ਕੇ ਅਤੇ ਉਹ 164 'ਚ ਬਿਆਨ ਦੇ ਕੇ ਅਤੇ ਸੱਚਾ ਸੁਮਿੱਤਰਾ ਬਣ ਗਿਆ? ਦੋਸ਼ੀ ਤਾਂ ਦੋਵੇਂ ਹੀ ਨੇ। ਅਤੇ ਲੋੜ ਹੈ ਸਾਨੂੰ ਕਿ ਸ਼ੇਰਾਂ ਦੀ ਕੌਮ ਅਤੇ ਕੁੱਤਿਆਂ ਲਈ ਸੁੱਟੀਆਂ ਹੋਈਆਂ ਗੇਂਦਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਨਿਸ਼ਾਨਾ ਕਿੱਥੋਂ ਆਇਆ ਹੈ ਉਹ ਧਿਆਨ ਰੱਖਣ ਦੀ ਗੱਲ ਹੈ। ਇਹ ਕਰਿੰਦੇ ਕੁੱਟਣ ਨਾਲੋਂ ਸ਼ਰੀਕ ਕਿੱਥੇ ਬੈਠਾ ਹੈ? ਉਸ ਵਕਤ ਇਹਨਾਂ ਲੋਕਾਂ ਨੇ ਰਲ ਕੇ ਫਿਲਮਾਂ ਵੀ ਚਲਾਈਆਂ, ਗੁਰੂ ਗ੍ਰੰਥ ਸਾਹਿਬ ਪਾੜੇ, ਅੱਗਾਂ ਲਾਈਆਂ, ਚੋਰੀਆਂ ਕੀਤੀਆਂ, ਸਿੱਖ ਨੌਜਵਾਨ ਬੱਚੇ ਮਾਰੇ, ਸਰਕਾਰਾਂ ਦੀ ਨਲਾਇਕੀ ਮਿਲੀ ਭੁਗਤ ਅਤੇ ਭ੍ਰਿਸ਼ਟ ਅਫਸਰਾਂ ਦੇ ਕਾਰਨ ਕਿ ਮੈਂ ਕਿਤੇ ਨਾ ਕਿਤੇ ਨਿਆਂ ਪ੍ਰਣਾਲੀ ਨੂੰ ਵੀ ਵਿੱਚ ਲਿਆਉਣਾ ਆ, ਵੀ ਸਾਡੀਆਂ ਅਦਾਲਤਾਂ ਨੇ ਵੀ ਕਿਹੋ ਜਿਹੇ ਫੈਸਲੇ ਕੀਤੇ। ਇੱਕ ਜੱਜ ਆ ਕੇ ਕਹਿੰਦਾ ਕਿ ਇਹ ਬੰਦੇ ਦੇ ਕਾਰਨ ਐਡਾ ਵੱਡਾ ਫਸਾਦ ਹੋਇਆ ਨੂੰ ਅੰਦਰ ਦੇ ਦਿਓ, ਦੂਜਾ ਜੱਜ ਆ ਕੇ ਉਹਨੂੰ ਪੈਰੋਲ 'ਤੇ ਛੱਡ ਰਿਹਾ ਹੈ, ਅਤੇ ਕਿਸੇ ਜੱਜ ਨੇ ਅੱਗੇ ਨਹੀਂ ਪੁੱਛਿਆ ਵੀ ਜੇ ਸਜ਼ਾ ਦੇਣ ਵਾਲਾ ਗਲਤ ਸੀ ਕਿ ਛੱਡਣ ਵਾਲਾ ਗਲਤ ਸੀ। ਹੁਣ ਉਹ ਵੀ ਜੱਜ ਫਿਰ ਵਿੱਚ ਕਟਹਿਰੇ 'ਚ ਖੜ੍ਹੇ ਹੋਣੇ ਚਾਹੀਦੇ ਆ ਵੀ ਇੱਕ ਜੱਜ ਸਜ਼ਾ ਦੇ ਰਿਹਾ, ਜੇ ਗਲਤ ਦੇ ਰਿਹਾ ਤਾਂ ਫਿਰ ਉਹਨੂੰ ਪੁੱਛਿਆ ਕਿਉਂ ਨਹੀਂ, ਅਤੇ ਜੇ ਸਹੀ ਸੀ ਤਾਂ ਫਿਰ ਦੂਜੇ ਨੇ ਆ ਕੇ ਪਰੌਲ ਕਿਵੇਂ ਦੇ ਦਿੱਤੀ? ਇਹਨਾਂ ਨੇ ਪਹਿਲਾਂ ਹਮਲੇ ਕਰਵਾਏ, ਅੱਜ ਇਹ ਲੋਕ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਨੇ ਅੱਜ ਕੀਤਾ ਉਂਝ ਕੀਤਾ, ਤੁਸੀਂ ਵੀ ਤਾਂ ਨਾਲ ਸੀ। ਇਸ ਲਈ ਇਹ ਜੁੰਡਲੀ ਸਾਰੀ ਦੋਸ਼ੀ ਹੈ, ਪਰ ਇਹਨਾਂ ਸਾਰੇ ਦੋਸ਼ੀਆਂ ਨੂੰ, ਚੰਦੂਆਂ ਨੂੰ ਖੜਾ ਕਟਹਿਰੇ 'ਚ ਕੌਣ ਕਰ ਸਕਦਾ ਹੈ? ਉਹ ਅਜੇ ਤੱਕ ਪੰਜਾਬ ਵਿੱਚ ਸਰਕਾਰ ਬਣੀ ਨਹੀਂ, ਜਿਸ ਦਿਨ ਬਣੂਗੀ ਉਹਦੀ ਉਡੀਕ ਵਿੱਚ ਆ ਅਤੇ ਬਣਾਉਣ ਦੀ ਤਿਆਰੀ ਵਿੱਚ ਵੀ ਆ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹ ਸ਼ੇਰੇ ਪੰਜਾਬ ਅਤੇ ਉਹ ਸਿੱਖ ਮਿਸਲਾਂ ਵਾਲੀ ਕਹਾਣੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਹਮਣੇ ਆਵੇ, ਜਿਹੜੀ ਦੋਸ਼ੀ ਨੂੰ ਦੋਸ਼ੀ ਕਹਿ ਕੇ ਸਜ਼ਾ ਦੇ ਸਕੇ। ਇਹ ਔਰ ਇਹਨਾਂ ਬਿਆਨਾਂ ਨੂੰ ਕਿਵੇਂ ਸੱਚ ਮੰਨ ਲਈਏ, ਕਿਉਂਕਿ 1984, 1978 ਬੇਅਦਬੀ ਕਾਂਡ
ਕਿੰਨੇ ਕਮਿਸ਼ਨ ਬੈਠੇ, ਕਿੰਨੀਆਂ ਰਿਪੋਰਟਾਂ ਤਿਆਰ ਹੋਈਆਂ, ਕਿੰਨੀਆਂ ਪਾੜੀਆਂ ਗਈਆਂ ਅਤੇ ਕਿੰਨਿਆਂ 'ਤੇ ਚਰਚਾ ਹੋਈ ਅਤੇ ਕਿੰਨੇ ਸਾਲ ਲੰਘ ਗਏ। ਵੱਡਾ ਬਾਦਲ ਦੋਸ਼ੀ ਸੀ, ਉਹ ਮਰ ਗਿਆ, ਹੁਣ ਉਹਦੀ ਮੜੀ ਪੁੱਟ ਰਿਹਾ, ਹੁਣ ਉਹਦਾ ਕਸੂਰ ਕੱਢ ਦੇਣਗੇ ਬਾਦਲ ਨੂੰ, ਇਹਨੂੰ ਬਰੀ ਕਰਨ ਵਾਸਤੇ। ਇੱਕ ਧੜਾ ਵੱਖਰਾ ਬਣ ਗਿਆ। ਕੁੱਲ ਮਿਲਾ ਕੇ ਇਹ ਇੱਕ ਡਰਾਮਾ ਚੱਲ ਰਿਹਾ ਆ ਕਿ ਜਿਹੜੀ ਸੁਖਵੀਰ ਬਾਦਲ ਜਾਂ ਬਾਦਲ ਦਲ ਦੇ ਵਿਰੋਧ ਵਿੱਚ ਵੋਟ ਹੈ ਉਹਨੂੰ ਕਿਸੇ ਤਰ੍ਹਾਂ ਪੰਜਾਬ ਵਿੱਚੋਂ ਹਥਿਆਇਆ ਜਾਏ, ਅਤੇ ਜੋ ਵੋਟਾਂ ਹੋਣ ਤੋਂ ਬਾਅਦ ਚਾਹੇ ਉਹ ਸ਼੍ਰੋਮਣੀ ਕਮੇਟੀ ਦੀਆਂ ਹੋਣ, ਚਾਹੇ ਉਹ ਪੰਚਾਇਤੀ ਹੋਣ ਅਤੇ ਚਾਹੇ ਉਹ 2027 ਦੀਆਂ ਹੋਣ, ਘੁੰਮ ਕੇ ਮੁੜ ਘਰ ਵਾਪਸੀ ਇਹਨਾਂ ਦੀ ਹੋਣੀ ਆ, ਕਿਉਂਕਿ ਇਹ ਚੋਰ ਚੋਰ ਸਭ ਮਛੇਰੇ ਭਾਈ ਨੇ। ਇੱਥੇ ਸਿੱਖ ਪੰਥ ਦਾ, ਇੱਥੇ ਪੰਜਾਬ ਦਾ ਕੋਈ ਨਹੀਂ। ਇਹ ਚਾਹੇ ਬਾਦਲ ਕੇ ਹੋਣ ਅਤੇ ਚਾਹੇ ਇਹ ਇੱਕ ਦੂਜੇ ਦੇ ਉਦੋਂ ਇਕੱਠੇ ਸੀ, ਅੱਜ ਖਿਲਾਫ਼ ਨੇ। ਕੁਰਸੀ ਅਤੇ ਸੱਤਾ ਦੀ ਖਾਤਰ ਇਹ ਇਕੱਠੇ ਵੀ ਹੋ ਜਾਂਦੇ ਨੇ ਅਤੇ ਖਿਲਾਫ਼ ਵੀ ਹੋ ਜਾਂਦੇ ਨੇ। ਇਹ ਕਹਿੰਦੇ ਆ ਕਿ ਇਹ ਜਿਹੜੀ ਬੇਈਮਾਨੀ ਕਰਦੇ ਬੜੀ ਇਮਾਨਦਾਰੀ ਨਾਲ ਕਰਦੇ। ਇਸ ਲਈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਅਤੇ ਅਜੇ ਤੱਕ ਉਹ ਜੱਜ ਅਤੇ ਉਹ ਅਦਾਲਤਾਂ ਅਤੇ ਉਹ ਸਰਕਾਰਾਂ ਸਾਡੇ ਸਾਹਮਣੇ ਨਹੀਂ ਆਈਆਂ ਜਿਹੜੀਆਂ ਇਹ ਪੰਜਾਬ ਅਤੇ ਪੰਥ ਗੁਰੂ ਗ੍ਰੰਥ ਦੇ ਨਾਲ ਇਨਸਾਫ ਕਰ ਸਕਣ। ਇਹ ਸਵਾਲ ਉੱਥੇ ਦੇ ਉੱਥੇ ਹੀ ਖੜ੍ਹੇ ਆ। ਹਾਂ, ਇਹਨਾਂ ਦਾ ਹੱਲ ਅਜੇ ਕੋਈ ਦਿਸਦਾ ਨਹੀਂ। ਜਿਵੇਂ ਤੁਸੀਂ ਕਿਹਾ ਕਿ ਜਿਹੜੇ ਭਾਵੇਂ ਬਾਗੀ ਜਿਹੜੇ ਹੁਣ ਬਾਗੀ ਹੋਏ ਆ, ਉਹ ਲਗਾਤਾਰ ਉਹ ਵੀ ਸੁਖਵੀਰ ਬਾਦਲ ਨੂੰ ਘੇਰ ਰਹੇ ਆ, ਉਹ ਵੀ ਇਲਜ਼ਾਮ ਲਾ ਰਹੇ ਆ, ਉਹ ਵੀ ਕਹਿ ਰਿਹਾ ਕਿ ਆਹ ਗੱਲਾਂ ਕੀਤੀਆਂ, ਅਸੀਂ ਮਾਫ਼ੀ ਮੰਗਦੇ ਹਾਂ, ਪਰ ਸੁਖਵੀਰ ਸਿੰਘ ਬਾਦਲ ਹੀ ਸਾਰੀ ਗੱਲ ਦਾ ਦੋਸ਼ੀ ਹੈ। ਕੀ ਲੱਗਦਾ ਜਿਹੜਾ ਬਾਗੀ ਅਕਾਲੀ ਦਲ ਬਣ ਰਿਹਾ, ਉਹ ਅਕਾਲੀ ਦਲ ਸਹੀ ਸੀਧ ਦੇ ਪਾਊਗਾ ਪੰਜਾਬ ਨੂੰ ਜਾਂ ਪੰਥ ਨੂੰ? ਜਿਹੜੀ ਇਹ ਸਿੱਖ ਰਹਿਤ ਮਰਿਆਦਾ ਦਾ ਢੰਡੋਰਾ ਪਿੱਟਦੇ ਆ, ਉਸ ਸਿੱਖ ਰਹਿਤ ਮਰਿਆਦਾ ਅਨੁਸਾਰ ਇਹਨਾਂ 'ਚ ਬਹੁ ਗਿਣਤੀ ਸਿੱਖ ਹੀ ਹੈ ਨਹੀਂ। ਅਤੇ ਅਕਾਲੀ ਦਲ ਦੀ ਜਿੱਥੋਂ ਤੱਕ ਗੱਲ ਹੈ, ਅਕਾਲੀ ਅਕਾਲ ਨੂੰ ਮੰਨਣ ਵਾਲੇ 550 ਸਾਲ ਪਹਿਲਾਂ ਪੈਦਾ ਹੋਏ, ਉਦੋਂ ਵੀ ਸੀ, ਅੱਜ ਵੀ ਇਹਦੇ 'ਤੇ ਅੱਗੇ ਵੀ ਰਹਿਣੇ ਆ। ਇਹ ਫਰਕ ਸਿਰਫ ਬਾਦਲ ਦਲ ਨੂੰ ਪ੍ਰੋਬਲਮ ਆ ਰਹੀ ਆ। ਬਾਦਲ ਦਲ ਕੌਮਾਂ 'ਚ ਚਲਿਆ ਗਿਆ, ਉਹਨੂੰ ਆਕਸੀਜਨ ਦੇ ਕੇ ਬਾਹਰ ਲਿਆਉਣ ਦੇ ਯਤਨ ਨੇ, ਚਾਹੇ ਉਹ ਬਾਦਲ ਵਿਰੋਧੀ ਨੇ ਅਤੇ ਚਾਹੇ ਉਹ ਬਾਦਲ ਕੇ ਆ। ਇਹ ਕੋਈ, ਇਹ ਕੇਵਲ ਡਰਾਮਾ ਹੋ ਰਿਹਾ ਆ, ਇਹਨਾਂ ਨੂੰ ਵਿਰੋਧੀ ਮਤ ਸਮਝੋ। ਬੀਬੀ ਜਗੀਰ ਕੌਰ ਜਾਂ ਚੰਦੂ ਮਾਜਰਾ ਜਾਂ ਇਹ ਢੀਂਡਸਾ ਸਾਹਿਬ ਜਿੰਨੇ ਵੀ ਬੰਦੇ ਆ, ਸਮੇਂ ਸਮੇਂ ਦੇ ਨਾਲ ਇਹ ਅਲੱਗ ਹੋਏ ਆ ਅਤੇ ਸਮੇਂ ਨਾਲ ਇਕੱਠੇ ਹੋਏ ਆ। ਹੁਣ ਇਹਨਾਂ ਦਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੈ, ਉਹ ਕਿਸੇ ਤਰ੍ਹਾਂ ਕਰਵਾ ਲਈਆਂ ਜਾਣ, ਕਿਉਂਕਿ ਜੇ ਸਾਰਿਆਂ ਨੂੰ ਕੁੱਟਾਂਗੇ ਤਾਂ ਉਹ ਕਹਿੰਦੇ ਨੁਕਸਾਨ ਹੋਊ, ਇੱਕ ਬਾਂਦਰ ਕੁੱਟ ਲਓ ਬਾਕੀ ਬਾਂਦਰ ਬਚਾ ਲਓ, ਇਹਨਾਂ ਦਾ ਜ਼ੋਰ ਲੱਗਾ। ਇਸ ਲਈ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਨਾ ਇਹ ਬਾਗੀ ਸੀ ਨਾ ਹੈ, ਅਤੇ ਨਾ ਇਹਨਾਂ ਦੀ ਬੀਜੇਪੀ ਦੇ ਨਾਲ ਕੋਈ ਖੜਕੀ ਹੈ ਵੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਸ਼ਾਇਦ ਬੀਜੇਪੀ ਨਾਲ ਇਹਨਾਂ ਦੀ ਲੜਾਈ ਹੋ ਗਈ। ਇਸ ਤਰ੍ਹਾਂ ਦਾ ਵੀ ਕੁਛ ਨਹੀਂ ਆ, ਕਿਉਂਕਿ ਜੇ ਬੀਜੇਪੀ ਦੇ ਨਾਲ ਇਹਨਾਂ ਦੀ ਕੋਈ ਲੜਾਈ ਝਗੜਾ ਕੋਈ ਸਿਸਟਮ ਇਸ ਤਰ੍ਹਾਂ ਦਾ ਹੁੰਦਾ, ਅਤੇ ਕਮਾਲ ਦੀ ਗੱਲ ਆ ਕਿ 2011 ਦੇ ਕਰੀਬਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਅੱਜ ਤੱਕ ਉਹ ਚੋਣਾਂ ਨਹੀਂ ਹੋਈਆਂ, ਅਤੇ ਉਹ ਸਮਾਂ ਟੱਪ ਚੁੱਕਾ ਹੈ, ਮਿਆਦ ਪੁੱਗ ਚੁੱਕੀ ਹੈ। ਉਹਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੌਜੂਦ ਨੇ, ਇਜਲਾਸ ਹੋ ਰਹੇ ਨੇ, ਭਰਤੀਆਂ ਹੋ ਰਹੀਆਂ ਨੇ, ਬਜਟ ਪਾਸ ਹੋ ਰਹੇ ਨੇ। ਇਹ ਸਾਰੀ ਚੋਰ ਬਜ਼ਾਰੀ ਜਿਹੜੀ ਹੈ ਕੀਤੀ ਅਤੇ ਕਰਵਾਈ ਜਾ ਰਹੀ ਹੈ, ਅਤੇ ਫਿਰ ਕਿਹਦੇ ਸਿਰ 'ਤੇ ਕੀਤੀ ਜਾ ਰਹੀ ਹੈ? ਸੈਂਟਰ ਦੇ ਸਿਰ 'ਤੇ। ਅਤੇ ਫਿਰ ਕਿਵੇਂ ਕਹੀਏ ਜੀ ਇਹ ਅਲੱਗ ਨੇ,
ਇਸ ਲਈ ਗੁੰਮਰਾਹ ਕੀਤਾ ਜਾ ਰਿਹਾ, ਕਦੇ ਵਿਰੋਧੀ ਬਣ ਕੇ ਅਤੇ ਕਦੇ ਮਿੱਤਰ ਬਣ ਕੇ। ਸਾਨੂੰ ਇਹਨਾਂ ਸਾਰਿਆਂ ਤੋਂ ਸੁਚੇਤ ਹੋ ਕੇ ਆਪਣੇ ਨਿਸ਼ਾਨੇ ਅਤੇ ਏਜੰਡੇ ਪੈਮਾਨੇ 'ਤੇ ਕੇਂਦਰਿਤ ਰਹਿਣ ਦੀ ਲੋੜ ਹੈ ਪੰਜਾਬ ਨੂੰ, ਕਿਉਂਕਿ ਅਜੇ ਪੰਜਾਬ ਨੂੰ ਪੰਥ ਅਤੇ ਪੰਜਾਬ ਵਾਸਤੇ ਬਦਲ ਮਿਲਿਆ ਨਹੀਂ। ਕੀ ਲੱਗਦਾ ਹੈ, ਮਤਲਬ ਫਿਰ ਬਦਲ ਕੌਣ ਲੈ ਕੇ ਆਵੇਗਾ? ਪੰਥ ਵੀ ਹਜੇ ਵੀ ਲੋਕ ਬਹੁਤੇ ਉਲਝਣ ਦੇ ਵਿੱਚ ਆ, ਲੋਕ ਕਦੇ ਕਿਵੇਂ ਕਿਸੇ ਵੱਲ ਨੂੰ ਜਾਂਦੇ ਨੇ, ਕਦੇ ਕਿਸੇ ਵੱਲ ਨੂੰ, ਕਦੇ ਕਿਹਨੂੰ ਜਿਤਾ ਲੈਂਦੇ ਨੇ, ਕਦੇ ਕਿਹਨੂੰ ਹਰਾ ਲੈਂਦੇ ਨੇ, ਫਿਰ ਲੋਕ ਵੀ ਕੀ ਕਰਨ ਭਾਈ? ਲੋਕ ਜਿਹੜੇ ਨੇ ਉਹ ਇਮਾਨਦਾਰ ਹੈ ਜੀ, ਅਤੇ ਲੋਕਾਂ ਨੂੰ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਅਪੀਲ ਕਰਦਾ ਤੁਹਾਡੇ ਜ਼ਰੀਏ ਕਿ ਤੁਸੀਂ ਪੁਰਾਣੇ ਕਸੇ ਪੁਰਾਣੀਆਂ ਪਾਰਟੀਆਂ ਅਤੇ ਕਸੇ ਪੁਰਾਣੇ ਲੀਡਰਾਂ ਦਾ ਖਹਿੜਾ ਛੱਡ ਕੇ ਜਿਹੜੇ ਨੌਜਵਾਨ ਬੱਚੇ ਆ, ਮੈਂ ਤੁਹਾਡੇ ਜ਼ਰੀਏ ਉਹਨਾਂ ਨੂੰ ਬੇਨਤੀ ਕਰਦਾ, ਆਓ ਪਲੇਟਫਾਰਮ ਤੁਹਾਡਾ, ਤੁਸੀਂ ਅੱਗੇ ਆਓ, ਮੈਂ ਤੁਹਾਡਾ ਪ੍ਰਚਾਰ ਕਰਦਾ। ਜਿੰਨਾ ਚਿਰ 117 ਤੁਸੀਂ ਨੌਜਵਾਨੀ ਲਈ ਨਵੇਂ ਚਿਹਰੇ ਨਹੀਂ ਦਿੰਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਵੇਂ ਮੈਂਬਰ ਨਹੀਂ ਦਿੰਦੇ, ਸਿਲੈਕਸ਼ਨ ਦੀ ਗੱਲ ਨਹੀਂ ਹੁੰਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ, ਉਹਨਾਂ ਚਿਰ ਇਹਨਾਂ ਦਾ ਹੱਲ ਮੁਸ਼ਕਲ ਹੈ। ਇਸੇ ਲਈ ਹੀ ਸਾਡਾ ਇੱਧਰ ਨੂੰ ਤੁਰਨ ਦਾ ਕੋਈ ਮਨ ਨਹੀਂ ਸੀ, ਅਸੀਂ ਸ਼ੇਰੇ ਪੰਜਾਬ ਦਲ ਦਾ ਆਗਾਜ਼ ਕੀਤਾ ਹੈ, ਜਿਹਦੇ ਲਈ ਆਉਣ ਵਾਲੇ ਦਿਨਾਂ 'ਚ ਅਸੀਂ ਉਹਦੇ ਅਹੁਦੇਦਾਰ 'ਤੇ ਸਾਰੀ ਐਲਾਨਵੀ ਕਰਨ ਜਾ ਰਹੇ ਹਾਂ। ਇਸੇ ਕਰਕੇ ਕਰ ਰਹੇ ਹਾਂ ਕਿ ਨੌਜਵਾਨ ਪਨੀਰੀ ਨੂੰ ਇੱਕ ਪਲੇਟਫਾਰਮ ਦਿੱਤਾ ਜਾਏ ਜਿਹੜਾ ਖਰੂਦ ਤੋਂ ਵੀ ਬਚੇ, ਕਿਉਂਕਿ ਖਰੂਦ ਕਰਨਾ ਵੀ ਦੁਸ਼ਮਣ ਨੂੰ ਫਿੱਟ ਬਹਿੰਦਾ। ਸਾਨੂੰ ਕਲਮ ਦੇ ਨਾਲ ਨਾਲ ਵਿਚਾਰਾਂ ਦੀ ਜੰਗ ਪਹਿਲਾਂ ਰੱਖਣੀ ਚਾਹੀਦੀ ਹੈ, ਕਿਰਪਾਨ ਸਾਡੇ ਹੱਥ 'ਚ ਸੀ ਹੈ ਅਤੇ ਰਹਿਣੀ ਹੈ, ਅਤੇ ਇਹਦੀ ਲੋੜ ਉਦੋਂ ਪੈਂਦੀ ਹੈ ਜਦੋਂ ਬਿਲਕੁਲ ਫਿਰ ਅੱਗੇ ਜਾ ਕੇ ਪਾਣੀ ਸਿਰ ਤੋਂ ਲੰਘ ਜਾਂਦੇ ਆ। ਇਸ ਲਈ ਅਸੀਂ ਕਿਰਪਾਨਧਾਰੀ ਵੀ ਹਾਂ, ਪਰ ਅਸੀਂ ਮੁੱਖ ਰੂਪ ਵਿੱਚ ਲੰਮੀ ਜਿਹੜੀ ਗੱਲ ਸੋਚ ਕੇ ਉਹ ਧਿਆਨ ਰੱਖ ਰਹੇ ਹਾਂ। ਇਹ ਵੀ ਧਿਆਨ ਰੱਖਾਂਗੇ ਕਿ ਜੱਜਮੈਂਟ ਕਰਨ ਵਾਲੇ ਕੋ ਜੱਜਮੈਂਟ ਹੋਵੇ ਅਤੇ ਬੰਦੂਕਧਾਰੀ ਕੋ ਬੰਦੂਕ ਹੋਵੇ। ਕਈ ਵਾਰੀ ਬੰਦਾ ਗਲਤੀ ਕਰ ਜਾਂਦਾ, ਜੱਜ ਨੂੰ ਬੰਦੂਕ ਫੜਾ ਦਿੰਦਾ ਅਤੇ ਬੰਦੂਕ ਵਾਲੇ ਨੂੰ ਜੱਜ ਲਾ ਲੈਂਦਾ, ਜਿਹਦੇ ਕਰਕੇ ਵੱਡਾ ਨੁਕਸਾਨ ਪੰਜਾਬ ਦਾ ਹੋਇਆ। ਉੱਥੋਂ ਉਹਨੂੰ ਬਚਾਉਣ ਦੀ ਜ਼ਰੂਰਤ ਹੈ। ਮਤਲਬ ਆਉਣ ਵਾਲਾ ਸਮਾਂ ਜਿਹੜਾ, ਜਿਵੇਂ ਕਿਹਾ ਜਾਂਦਾ ਕਿ ਪੰਥ ਹਨੇਰੇ ਦੇ ਵਿੱਚ ਹੈ, ਪੰਥ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਕਿੱਧਰ ਜਾਵਾਂ, ਆਉਣ ਵਾਲੇ ਹਨੇਰੇ ਸਮੇਂ ਤੋਂ ਚਾਨਣ ਹੋਵੇਗਾ ਪੰਥ ਲਈ? ਬਿਲਕੁਲ, ਨੌਜਵਾਨੀ ਜਾਗਰੂਕ ਹੋ ਰਹੀ ਹੈ ਹੁਣ। ਇਹਨਾਂ ਨੇ ਆ ਕੱਲ੍ਹ ਦੀ ਜਿਹੜੀ ਇੱਕ ਨਵਾਂ ਸ਼ੋਸ਼ਾ ਛੱਡਿਆ ਸੀਗਾ, ਨਿਸ਼ਾਨ ਸਾਂਭਾ ਦਾ ਮੁੱਦਾ ਲਿਆ, ਵੀ ਤੁਹਾਡਾ ਧਿਆਨ ਸੁਖਬੀਰ ਬਾਦਲ ਦਾ ਉਹ ਬਾਦਲ ਜੁੰਡਲੀ ਨੂੰ ਸਜ਼ਾ ਦੇਣ ਤੋਂ ਹਟਾ ਕੇ ਇੱਧਰ ਨੂੰ ਤੋਰ ਦਿੱਤਾ। ਬੇਅਦਬੀ ਕਾਂਡ, 328 ਸਰੂਪ, ਸਾਰਾ ਕੁਛ ਪੰਜਾਬ ਦੇ ਮੁੱਦਿਆਂ ਨੂੰ ਭੁੱਲ ਕੇ ਕੇਸਰੀ ਨਿਸ਼ਾਨਾਂ ਵੱਲ ਨੂੰ ਤੁਰ ਪਏ। ਨਿਸ਼ਾਨ ਕੇਸਰੀ ਹੈ, ਨਿਸ਼ਾਨ ਬਸੰਤੀ ਹੈ, ਨਿਸ਼ਾਨ ਨੀਲਾ ਹੈ, ਇਹਦਾ ਖੁਲਾਸਾ ਅਤੇ ਪੰਥ ਕਰ ਲਓ ਵੀ 100 ਸਾਲ ਤੋਂ ਲਾਇਆ ਕਿਹਨੇ, ਲਾਉਣ ਵਾਲੇ ਕੌਣ ਸੀ ਅਤੇ ਇਹ ਰੱਖਣ ਵਾਲੇ ਕੌਣ ਸੀ? ਅੱਜ ਇਹਨਾਂ ਨੂੰ ਯਾਦ ਆਈ ਜਦੋਂ ਸੱਤਾ ਤੋਂ ਲਾਂਭੇ ਹੋ ਗਏ, ਜਦੋਂ ਅਗਲੇ ਬੰਨੇ ਉਹ ਕਰਨਾ ਸੀ ਸਾਰਾ ਖੁਲਾਸਾ। ਹੁਣ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ, ਸ਼੍ਰੋਮਣੀ ਕਮੇਟੀ ਦੀ, ਤਖਤਾਂ ਦੇ ਜਥੇਦਾਰਾਂ ਦੀ, ਪ੍ਰਧਾਨਾਂ ਦੀ, ਸਾਰਿਆਂ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਇਹਨਾਂ ਲੋਕਾਂ ਨੇ ਇਹ ਨਵਾਂ ਇੱਕ ਸ਼ੋਸ਼ਾ ਛੱਡ ਦਿੱਤਾ ਜੀ। ਕੇਸਰੀ ਨਿਸ਼ਾਨ ਸਾਹਿਬ ਹੋਣਗੇ ਅਤੇ ਸਾਡਾ ਸਾਰਾ ਮੀਡੀਆ ਉੱਧਰ ਨੂੰ ਚੱਲ ਪਿਆ, ਉਹ ਪਿਛਲਾ ਸਾਰਾ ਭੁੱਲ ਗਿਆ। ਇਸ ਲਈ ਸਾਨੂੰ ਆਪਣੇ ਆਪ 'ਤੇ ਕੇਂਦਰਿਤ ਅਤੇ ਮਜ਼ਬੂਤ ਰਹਿਣਾ ਪੈਣਾ ਹੈ। ਨਿਸ਼ਾਨ ਸਾਹਿਬ ਮਾਣ ਮਰਿਆਦਾਵਾਂ ਅਤੇ ਜਿੰਨੀਆਂ ਗੱਲਾਂ ਇਹ ਕਰਦੇ ਆ ਵੀ ਪੰਥ ਦੇ ਵਿੱਚ ਆਹ ਹੋ ਰਿਹਾ, ਸਿੱਖ ਰਹਿਤ ਮਰਿਆਦਾ ਅਨੁਸਾਰ ਬੇਅੰਮ੍ਰਿਤੀਏ ਬੰਦੇ, ਨਸ਼ੇੜੀ ਬੰਦੇ, ਪਰ ਗਮਨ ਕਰਨ ਵਾਲੇ ਬੰਦੇ, ਮੁਰਦਾਰ ਖਾਣ ਵਾਲੇ ਬੰਦੇ, ਉਹ ਵੀ ਤੇ ਰਹਿਤ ਮਰਿਆਦਾ ਕਹਿ ਰਹੀ ਕਿ ਤੁਸੀਂ ਉਹਨੂੰ ਸਿੱਖਾਂ ਵਿੱਚ ਨਹੀਂ ਰੱਖ ਸਕਦੇ, ਅਤੇ ਤੁਸੀਂ ਉਹਦੇ ਬਾਵਜੂਦ
ਇਹੋ ਜਿਹੇ ਉਹਨਾਂ ਨੇ ਕੁਰਹਿਤਾਂ ਕੀਤੀਆਂ ਹੋਈਆਂ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲ ਸਜ਼ਾ ਤੱਕ ਵੀ ਨਹੀਂ ਜਾ ਕੇ ਲਵਾਈ ਅਤੇ ਅਹੁਦਿਆਂ 'ਤੇ ਕੰਮ ਕਰ ਰਿਹਾ। ਫਿਰ ਅਕਾਲ ਤਖਤ ਸਾਹਿਬ ਜੀ ਦੀ ਮਾਣ ਉਹਦੀ ਮਰਿਆਦਾ 'ਚ ਵੀ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਕਕਾਰ ਖੰਡੇ ਦੀ ਪੌਲ ਅਕਾਲ ਦਾ ਪੁਜਾਰੀ ਹੀ ਸਿੱਖ ਹੋ ਸਕਦਾ ਅਤੇ ਜਿਨ੍ਹਾਂ ਨੂੰ ਤੁਸੀਂ ਲੀਡਰ ਕਹਿ ਰਹੇ ਹੋ, ਜਿਨ੍ਹਾਂ ਦੀਆਂ ਸ਼੍ਰੋਮਣੀ ਕਮੇਟੀ 'ਚ ਵੋਟਾਂ ਬਣਾਈ ਬੈਠੇ ਹੋ, ਕੀ ਇਹ ਸਾਰੇ ਸਿੱਖ ਹੈਗੇ ਆ? ਰਹਿਤ ਮਰਿਆਦਾ ਅਨੁਸਾਰ ਤਾਂ ਫਿਰ ਉਹ ਸਿੱਖ ਹੀ ਨਹੀਂ ਰਹਿ ਜਾਂਦੇ। ਇਸ ਲਈ ਇਹ ਸਾਰਾ ਵੱਡਾ ਜਿਹੜਾ ਗੁੰਮਰਾਹ ਕਰਕੇ ਤੁਹਾਡਾ ਧਿਆਨ ਇੱਧਰੋਂ ਇੱਧਰ ਨੂੰ ਲਾ ਦੇਣਾ, ਪਿਛਲੇ ਮੁੱਦਿਆਂ 'ਤੇ ਮਿੱਟੀ ਪੈ ਜਾਏ, ਫਿਰ ਦੇਖਾਂਗੇ ਕੀ ਬਣਦਾ। ਇਹ ਇਹਨਾਂ ਦਾ, ਇਹ ਕਹਿੰਦੇ ਨੇ ਵੀ ਬਾਤ ਵੋ ਕਰੇ ਜਿਸ ਕੇ ਸੌ ਪਹਿਲੂ ਹੋ, ਕਿਉਂਕਿ ਬਾਤ ਬਦਲਨੇ ਕੇ ਲੀਏ ਕੋਈ ਤੋ ਹੋਗਾ। ਅਤੇ ਜਦੋਂ ਫਸਣ ਲੱਗਦੇ ਨੇ ਪੰਥ, ਧਾਰਮਿਕਤਾ, ਮਾਣ ਮਰਿਆਦਾ ਇਹਨਾਂ ਨੂੰ ਚੇਤੇ ਆਉਂਦੀ ਹੈ, ਅਤੇ ਜਦੋਂ ਇਹ ਕੁਰਸੀਆਂ 'ਤੇ ਹੁੰਦੇ ਨੇ ਫਿਰ ਇਹੀ ਲੋਕ ਪੰਥ, ਮਾਣ ਮਰਿਆਦਾ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਵੱਡਾ ਗੁਨਾਹਗਾਰ ਅਤੇ ਅਪਰਾਧੀ ਇਹੀ ਲੋਕ ਅਪਰਾਧ ਕਰਦੇ। ਤੁਸੀਂ ਬਾਹਰ ਅਪਰਾਧ ਕਰਕੇ ਗੁਰਦੁਆਰਾ ਸਾਹਿਬ ਮਾਫ਼ੀ ਮੰਗ ਸਕਦੇ ਹੋ, ਪਰ ਇਹ ਲੋਕ ਤਾਂ ਗਲਤੀਆਂ, ਗੁਨਾਹ ਹੀ ਗੁਰਦੁਆਰਿਆਂ 'ਚ ਕਰ ਚੁੱਕੇ, ਹੁਣ ਕਿੱਥੇ ਮਾਫ਼ੀ ਮੰਗਣਗੇ? ਇਸ ਲਈ ਪੰਥ ਅਤੇ ਪੰਜਾਬ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਅਤੇ ਅਜੇ ਤੱਕ ਉਹ ਅਦਾਲਤਾਂ, ਉਹ ਪ੍ਰਸ਼ਾਸਨ, ਉਹ ਸਰਕਾਰ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਬੈਠ ਕੇ ਨਿਆਂ ਕਰੇ, ਵੋਟ ਅਤੇ ਨੋਟ ਤੋਂ ਹਟ ਕੇ, ਫਿਰਕਾ ਪ੍ਰਸਤੀ ਤੋਂ ਹਟ ਕੇ, ਪਰੰਪਰਾਵਾਦੀ ਲੋਕਾਂ ਤੋਂ ਲਾਂਭੇ ਕਰਕੇ, ਇੱਕ ਮਨੁੱਖੀ ਅਧਿਕਾਰਾਂ ਨੂੰ, ਲੋਕਤੰਤਰ ਜਮਹੂਰੀਅਤ ਨੂੰ ਮੁੱਖ ਰੱਖ ਕੇ ਇਨਸਾਫ ਕਰੇ, ਉਹਦੀ ਉਡੀਕ ਵਿੱਚ ਜ਼ਰੂਰ ਆ। ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ, ਅਕਾਲ ਤਖਤ ਸਾਹਿਬ ਵੱਲੋਂ ਸੱਦਿਆ ਗਿਆ, ਉਹ ਗਏ ਬੜੇ, ਉਹ ਕਹਿੰਦੇ ਨਿਮਾਣੇ ਸਿੱਖ ਦੀ ਤਰ੍ਹਾਂ ਜਾਵਾਂਗਾ, ਇਹ ਸਾਰੀ ਚੀਜ਼, ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖ? ਡਰਾਮਾ ਕਰ ਰਹੇ ਆ। ਜਿਸ ਅਕਾਲ ਤਖਤ ਸਾਹਿਬ ਨੂੰ ਸੁਖਬੀਰ ਬਾਦਲ ਦਾ ਪਿਓ ਠੁੱਡ ਮਾਰਦਾ, ਜਥੇਦਾਰ ਨੂੰ ਗਲੋਂ ਫੜ ਲੈਂਦਾ, ਧੱਕੇ ਨਾਲ ਅਕਾਲੀ ਦਲ ਭੰਗ ਕਰਕੇ ਅਤੇ ਆਪਣਾ ਅਕਾਲੀ ਦਲ ਸਿਰ 'ਤੇ ਮੜ ਦਿੰਦਾ, ਫਿਰ ਉਸੇ ਹੀ ਅਕਾਲ ਤਖਤ ਦੇ ਜਥੇਦਾਰ ਰਣਜੀਤ ਸਿੰਘ ਸਿੰਘ ਸਾਹਿਬ ਨੂੰ ਵੀ ਇਹਨਾਂ ਨੇ ਜਲੀਲ ਕਰਕੇ ਲਾਇਆ। ਬੀਬੀ ਜਗੀਰ ਕੌਰ ਨੇ ਗਿਆਨੀ ਪੂਰਨ ਸਿੰਘ ਨਾਲ ਕੀ ਕੀਤਾ? ਅਤੇ ਕਿਹੜੇ ਅਕਾਲ ਤਖਤ ਅਤੇ ਕਿਹੜੇ ਜਥੇਦਾਰ ਦੀ ਅਤੇ ਕਿਹੜੇ ਨਿਮਾਣੇ ਸਿੱਖ ਦੀ ਗੱਲ ਕਰਦੇ? ਔਰ ਜਿਹੜੀ ਫੋਟੋ ਵਾਇਰਲ ਹੋਈ ਇਹਨਾਂ ਦੀ ਚਿੱਠੀ ਦਿੰਦਿਆਂ ਦੀ, ਵੀ ਉਹ ਬਾਦਲ ਨੂੰ ਉਹਨਾਂ ਨੇ ਬੁਲਾਇਆ, ਅਤੇ ਜਿਸ ਹਿਸਾਬ ਨਾਲ ਉਹ ਚੌੜਾ ਹੋ ਕੇ ਜਥੇਦਾਰ ਦੇ ਸਾਹਮਣੇ ਕੁਰਸੀ 'ਤੇ ਬਹਿ ਕੇ ਫੜਾ ਰਿਹਾ, ਉੱਥੋਂ ਤਾਂ ਮਹਿਸੂਸ ਇਹ ਹੋ ਰਿਹਾ ਆ ਉਹ ਪੇਸ਼ੀ ਭੁਗਤਣ ਲਈ ਨਹੀਂ, ਉਹ ਫਰਮਾਨ ਦੇਣ ਆਇਆ ਵੀ ਜਥੇਦਾਰ ਜੀ ਹੁਣ ਅਗਲਾ ਫਰਮਾਨ ਆ ਸੁਣਾਇਓ ਜਿਹੜਾ ਮੈਂ ਤੁਹਾਨੂੰ ਲਿਖ ਕੇ ਦੇ ਚੱਲਿਆ, ਗਲਤੀ ਨਾ ਕਰ ਜਿਓ। ਅਤੇ ਜਥੇਦਾਰ ਦੀ ਫੋਟੋ ਸਾਬਤ ਕਰ ਰਹੀ ਹੈ ਕਿ ਉਹ ਜਥੇਦਾਰ ਨਹੀਂ, ਉਹ ਇਹਨਾਂ ਦਾ ਕਰਮਚਾਰੀ ਹੈ, ਉਹ ਮੁਲਾਜ਼ਮ ਹੈ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪਿੱਛੇ ਹੱਥ ਜੋੜੀ ਖੜ੍ਹਾ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆਖੀ ਜਾਣ ਵਾਲੀ ਸੰਸਥਾ ਦਾ ਮੁਖੀ ਇੱਕ ਦੋਸ਼ੀ ਬੰਦੇ ਦੇ ਪਿੱਛੇ ਹੱਥ ਜੋੜ ਕੇ ਖੜ੍ਹਾ ਹੈ, ਉਹ ਵੀ ਆਪਣੇ ਨਾਲ ਐਡਵੋਕੇਟ ਲਾਈ ਫਿਰਦਾ, ਇੱਕ ਸੀਰੀ ਬਣ ਕੇ ਖੜ੍ਹਾ। ਅਜੇ ਸੀਰੀ ਵੀ ਕਿਤੇ ਨਾ ਕਿਤੇ ਆਪਣੀ ਗੱਲ ਰੱਖਦੇ ਆ ਵੀ ਸਰਦਾਰ ਸਾਹਿਬ ਆਹ ਗੱਲ ਤੁਹਾਡੇ ਅਤੇ ਮੇਰੇ ਲਈ ਘਾਤਕ ਹੋਊ, ਇਹ ਨਹੀਂ ਕਰਨੀ, ਪਰ ਇਹ ਤਾਂ ਉਹਨਾਂ ਸੀਰੀਆਂ ਤੋਂ ਵੀ ਗਰਕ ਗਿਆ ਸ਼ਬਦ ਭਾਵੇਂ ਆਪਾਂ ਵਰਤ ਰਹੇ, ਉਹ ਪਿੱਛੇ ਹੱਥ ਜੋੜੀ ਖੜ੍ਹਾ ਹੈ। ਅਤੇ ਇੱਥੋਂ ਸਾਫ਼ ਹੋ ਰਿਹਾ ਫੋਟੋ ਤੋਂ ਕਿ ਉਹ ਪੇਸ਼ੀ ਭੁਗਤਣ ਲਈ ਨਹੀਂ, ਉਹ ਤਾਂ ਜਥੇਦਾਰ ਨੂੰ ਦੱਸਣ ਆਏ ਸੀ ਵੀ ਹੁਣ ਹੁਕਮਨਾਮਾ ਸੋਚ ਲਾ ਵੀ ਕਿਹੜਾ ਕੱਢਣਾ, ਵੀ ਉਹ ਜਿੱਦਾਂ ਕਹਿੰਦੇ ਵੀ ਉਹ ਆਕਾ ਜਿਹੜਾ ਸੀ ਉਹ ਤਿੰਨ ਪੜ੍ਹਿਆ ਸੀ ਅਤੇ ਜਿਹੜਾ ਥੱਲੇ ਸੀ ਉਹ IAS ਦਿਮਾਗ ਸੀ, ਉਹ ਕਹਿੰਦਾ ਵੀ ਹੁਣ ਗਲਤੀ ਕਿਵੇਂ ਹੋਈ, ਤੈਨੂੰ ਠੀਕ ਕਿਵੇਂ ਕਰਨਾ, ਇਹ ਤੇਰੀ ਡਿਊਟੀ ਆ ਮੇਰੀ ਨਹੀਂ, ਕਿਉਂਕਿ ਲਾ ਐਂਡ ਔਡਰ ਇੱਕ ਪਾਸੇ ਆ,
ਪਰ ਹੁਣ ਤਾਂ ਉਹਨਾਂ ਦੇ ਹੁਕਮ ਚੱਲਦੇ ਆ ਬਾਦਲ ਕਿਆਂ ਦੇ, ਅਤੇ ਇਸ ਲਈ ਅਜੇ ਵੀ ਉਹਨਾਂ ਦਾ ਹੁਕਮ ਉੱਥੇ ਚੱਲ ਰਿਹਾ ਆ। ਮਾਣ ਮਰਜ਼ਾਦਾ ਰੋਜ਼ ਉੱਥੇ ਕੁਰੈਤਾਂ ਹੋ ਰਹੀਆਂ ਨੇ, ਇਹਨਾਂ ਦੇ ਮੁਲਾਜ਼ਮ ਗਲਤੀਆਂ ਕਰ ਰਿਹਾ, 328 ਸਰੂਪ ਚੋਰੀ ਇਹਨਾਂ ਵੇਚ ਦਿੱਤੇ ਆ। ਜੇ ਸੱਚੇ ਸੁੱਚੇ ਹੁੰਦੇ ਜਾਂ ਕੋਈ ਗਲਤੀ ਸਿੱਖਣ ਦੀ ਗੱਲ ਕਰਦੇ ਤਾਂ ਇਹਨਾਂ ਦਾ ਨਜ਼ਰੀਆ ਇਹ ਨਹੀਂ ਸੀ ਹੋਣਾ। ਅਜੇ ਵੀ ਧਾੜਵੀਆਂ ਵਾਲਾ ਹੈ, ਬਦਮਾਸ਼ਾਂ ਵਾਲਾ ਆ। ਅਕਾਲੀ ਦਲ ਵਾਲੀ ਗੱਲ ਤਾਂ ਬਹੁਤ ਦੂਰ ਹੈ। ਅਕਾਲੀ ਅਕਾਲ ਨੂੰ ਮੰਨਣ ਵਾਲੇ ਲੋਕ, ਸਰਬੱਤ ਦਾ ਭਲਾ ਮੰਗਣ ਵਾਲੇ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਜਿਹੜੇ ਨਿਮਾਣੇ ਹੁੰਦੇ ਨੇ ਉਹ ਸ਼ੇਰੇ ਪੰਜਾਬ ਬਣ ਕੇ ਅਕਾਲੀ ਜੀ ਦੇ ਕਹਿਣ 'ਤੇ ਨੰਗੇ ਹੋ ਕੇ ਬਹਿ ਜਾਂਦੇ ਆ ਵੀ ਸਜ਼ਾ ਪੰਥ ਜਿਹੜੀ ਦੇਣੀ ਚਾਹੁੰਦਾ ਉਹ ਦੇ ਦੇਵੇ। ਇਹਨਾਂ ਦੇ 'ਤੇ ਸਜ਼ਾ ਵੀ ਉਹ ਸੁਣਾਉਣੀ ਆ, ਤੁਸੀਂ ਜੀ ਇੱਕ ਹਫ਼ਤਾ ਭਾਂਡੇ ਮਾਂਜਿਓ, ਪਾਠ ਸੁਣਿਓ, ਕੀਰਤਨ ਸੁਣਿਓ, ਤੁਸੀਂ ਦੇਗ ਕਰਾਇਓ। ਜੇ ਇਹ ਸਜ਼ਾ ਹੈ ਤਾਂ ਫਿਰ 550 ਸਾਲ ਤੋਂ ਕਰੀਬਨ ਆ ਜਿੰਨੇ ਲੋਕ ਸੱਚਖੰਡ ਦਰਬਾਰ ਸਾਹਿਬ ਦੇਗ ਕਰਾਉਂਦੇ ਆ, ਲੰਗਰ 'ਚ ਭਾਂਡੇ ਮਾਂਜਦੇ ਆ, ਪਾਠ ਕਰਦੇ ਆ, ਕੀਰਤਨ ਸੁਣਦੇ ਆ, ਕੀ ਇਹ ਸਜ਼ਾ ਭੁਗਤਣ ਆਉਂਦੇ ਆ? ਇਹਨੂੰ ਸਜ਼ਾ ਕਹੋਗੇ ਕਿ ਤੁਸੀਂ ਇਹਨੂੰ ਸੇਵਾ ਸਿਮਰਨ ਭਗਤੀ ਕਹੋਗੇ? ਇਹਨਾਂ ਦਾ ਪੁੱਛਣਾ ਬਣਦਾ। ਇਸ ਲਈ ਸਾਰਾ ਗੁੰਮਰਾਹ ਕੁੰਨ ਡਰਾਮਾ ਆ। ਜੇ ਸਜ਼ਾ ਹੁੰਦੀ ਤਾਂ ਫਿਰ ਤਾਂ ਉਹ ਦੋਸ਼ੀ ਨੂੰ ਪੁੱਠੇ ਟੰਗੇ ਹੋਣਾ ਚਾਹੀਦਾ ਸੀ, ਇਹੀ ਗੁਨਾਹ ਜੱਜ ਦੇ ਸਾਹਮਣੇ ਕਬੂਲੇ ਹੁੰਦੇ, ਜੱਜ ਨੇ ਅਦਾਲਤ ਤੋਂ ਬਾਹਰ ਜਾਣ ਤੋਂ ਪਹਿਲਾਂ ਹੱਥ ਘੜੀਆਂ ਠੋਕ ਦੇਣੀਆਂ ਸੀਗੀਆਂ। ਅਕਾਲੀ ਫੂਲਾ ਸਿੰਘ ਦੇ ਸਾਹਮਣੇ ਕਬੂਲੇ ਹੁੰਦੇ, ਅਕਾਲੀ ਫੂਲਾ ਸਿੰਘ ਨੇ ਨੰਗੇ ਕਰਕੇ ਬਿਠਾਇਆ ਹੁੰਦਾ ਉੱਥੇ, ਇਹਨੂੰ ਫੜੋ ਇਹਨੂੰ। ਗੁਰੂ ਸਾਹਿਬ ਨੇ ਮਸੰਦਾਂ ਨੂੰ ਕੜਾਹੀਆਂ 'ਚ ਪਾ ਕੇ ਤਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਜ਼ਾਵਾਂ ਦਿੱਤੀਆਂ ਨੇ ਗੰਗੂਆਂ ਨੂੰ ਫੜ ਫੜ ਕੇ ਵੀ ਤੁਸੀਂ ਭਾਗੀਦਾਰ ਹੋ। ਇਸ ਲਈ ਇੱਥੇ ਕੇਵਲ ਅਤੇ ਕੇਵਲ ਇਹ ਡਰਾਮਾ ਹੈ। ਅਕਾਲ ਤਖਤ ਸਾਹਿਬ ਨੂੰ ਮੋਹਰਾ ਬਣਾ ਕੇ ਆਪਣੇ ਗੁਨਾਹਾਂ 'ਤੇ ਪਰਦੇ ਪਾ ਕੇ ਫਕਰੇ ਕੌਮ ਮੁੜ, ਇਹ ਬਹਾਲੀ ਦੀ ਤਿਆਰੀ ਹੈ ਕਿ ਜਿਹੜੇ ਲੋਕਾਂ ਦੇ ਮਨਾਂ 'ਚੋਂ ਨਿਕਲ ਚੁੱਕੇ ਨੇ ਅਤੇ ਜਿਸ ਆ ਧਰਤੀ 'ਤੇ ਖੜ੍ਹੇ ਹਾਂ। ਹੁਣ ਅੱਜ ਮੈਂ ਤੁਹਾਡੇ ਲਾਗੇ ਸਮਾਗਮ 'ਚ ਜਾ ਕੇ ਆਇਆ ਵੀ ਉਹ ਭਾਈ ਕਰਨੈਲ ਸਿੰਘ ਇੱਥੇ ਸੇਵਾ ਕਰਦੇ ਸੀਗੇ, ਚੜ੍ਹਾਈ ਕਰ ਗਏ ਲੋਕਾਂ ਦੀ, ਉਹਨਾਂ ਨੇ ਬਹੁਤ ਵੈਦਗੀ ਨਾਲ ਸੇਵਾ ਕੀਤੀ ਫਰੀ ਆਫ ਕੋਸਟ ਬਿਨਾਂ ਕਿਸੇ ਲਾਲਚ ਤੋਂ। ਉੱਥੇ ਵੀ ਗੱਲ ਚੱਲੀ ਵੀ ਇੱਥੋਂ ਹੀ ਬਾਦਲਾਂ ਦੇ ਪੱਤਣ ਦਾ ਮੁੱਢ ਵੱਜਿਆ, ਇੱਥੇ ਹੀ ਵੱਡਾ ਬੇਅਦਬੀ ਕਾਂਡ ਵਾਪਰਿਆ, ਇਹ ਉਹ ਧਰਤੀ ਹੈ। ਅਤੇ ਹੁਣ ਇਹਨਾਂ ਦਾ ਜਿਹੜਾ ਪੱਤਣ ਹੋਣਾ ਸੀ ਕੱਖ ਨਾ ਰਹਿ, ਅਤੇ ਮਾਜਦਿਓ ਨਿਹੰਗ ਸਿੰਘਾਂ ਦੇ ਬਾਟੇ ਵਾਂਗੂ, ਅਜੇ ਇੱਕ ਇਹਨਾਂ ਦੀ ਉਹ ਰਹਿ ਗਈ ਆ ਵੀ ਜਿਹੜਾ ਧਾਰਮਿਕ ਤੌਰ 'ਤੇ ਕਾਬਜ ਨੇ ਸੱਚਖੰਡ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਇਹ ਜਿੰਨਾ ਚਿਰ ਉੱਥੋਂ ਨਹੀਂ ਨਿਕਲਦੇ, ਸਿਸਟਮ ਨਹੀਂ ਅੱਗੇ ਆਉਂਦਾ, ਉਹਨਾਂ 'ਚ ਲੋਕ ਧਰਮ ਨੂੰ ਅਕਾਲ ਤਖਤ ਨੂੰ ਮੋਹਰਾ ਬਣਾ ਕੇ ਅਤੇ ਆਪਣੀ ਸੌੜੀ ਸਿਆਸਤ ਲਈ ਕਿੱਥੋਂ ਤੱਕ ਗਿਰ ਸਕਦੇ ਆ, ਇਹ ਕੁਝ ਵੀ ਕਰ ਸਕਦੇ ਆ। ਕੀ ਲੱਗਦਾ, ਮੈਂ ਆਖਰੀ ਸਵਾਲ ਲਊਂਗਾ ਕਿ ਸੁਖਬੀਰ ਸਿੰਘ ਬਾਦਲ ਜਿਵੇਂ ਲੱਗੇ ਹੋਏ ਆ, ਜਿਵੇਂ ਤੁਸੀਂ ਵੀ ਕਿਹਾ ਕਿ ਨਿਸ਼ਾਨ ਸਾਹਿਬ ਕਿਹਾ ਜਾ ਰਿਹਾ ਕਿ ਹੁਣ ਕੇਸਰੀ ਦੀ ਜਗ੍ਹਾ ਬਸੰਤੀ ਅਤੇ ਸੁਰਮਈ ਨੀਲਾ ਹੋਵੇ, ਇਹ ਸਾਰੇ ਕੁਝ ਕਰਵਾ ਰਹੇ ਆ, ਮਾਫੀਆਂ ਮੰਗ ਰਹੇ ਆ, ਵੱਖੋ ਵੱਖ ਤਰੀਕੇ ਨਾਲ ਪੇਸ਼ੀਆਂ ਭੁਗਤ ਰਹੇ ਆ, ਇਹ ਸਾਰਾ ਕੁਝ ਕਰਨ ਦੇ ਬਾਵਜੂਦ ਕੀ ਉਹ ਸਰਵਾਈਵ ਕਰ ਸਕਦੇ ਆ, ਹੁਣ ਖੜ੍ਹੇ ਹੋ ਸਕਦੇ ਆ? ਮੁੜ ਤੋਂ ਪੰਥ ਭਰੋਸਾ ਕਰੂਗਾ, ਪੰਜਾਬ ਭਰੋਸਾ ਕਰੂਗਾ ਉਹਨਾਂ ਦੇ ਉੱਤੇ ਕਿ ਜਿਹੜਾ ਕੁਝ ਤੁਸੀਂ ਕੀਤਾ ਜੀ ਮੁਆਫੀ ਅਤੇ ਕੋਈ ਗੱਲ ਨਹੀਂ ਹੁਣ ਅਸੀਂ ਤੁਹਾਡੇ ਨਾਲ ਖੜ੍ਹਦੇ ਹਾਂ, ਇਹੋ ਜਿਹਾ ਕੁਛ ਹੋ ਸਕਦਾ ਹੁਣ? ਨਹੀਂ, ਪੰਥ ਕਦੇ ਵੀ ਨਹੀਂ ਮਾਫ਼ ਕਰ ਸਕਦਾ। ਔਰ ਇਹ ਟੇਢੇ ਢੰਗ ਨਾਲ ਸਰਕਾਰਾਂ ਨਾਲ ਮਿਲ ਕੇ ਪ੍ਰਿਥੀ ਚੰਦ ਬਣ ਕੇ ਰਾਮ ਰਾਏ ਬਣ ਕੇ ਭਾਵੇਂ ਛੋਟੀਆਂ ਮੋਟੀਆਂ ਗੱਦੀਆਂ ਲਈ ਬੈਠੇ ਆ, ਪਰ ਅੱਜ ਵੀ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ, ਕਿਸੇ ਭੋਗ 'ਤੇ ਜਾ ਕੇ ਨਹੀਂ ਬੋਲ ਸਕਦੇ, ਕਿਸੇ ਵਿਆਹ 'ਚ ਸ਼ਕਲ ਨਹੀਂ ਵਿਖਾਉਣ ਜੋਗੇ ਰਹਿ ਗਏ। ਇਸ ਲਈ ਹੁਣ ਉਦੋਂ ਮੀਡੀਆ ਦਾ ਵੀ ਬਹੁਤ ਘੱਟ ਸੀਗਾ, ਹੁਣ ਤਾਂ
ਸੋਸ਼ਲ ਮੀਡੀਆ ਨੇ ਹਰੇਕ ਬੰਦੇ ਦੇ ਹੱਥ 'ਚ ਮੋਬਾਈਲ, ਟੀ ਵੀ ਚੈਨਲ ਅਤੇ ਬਹੁਤ ਸਾਰੇ ਪੰਜਾਬ ਦੇ, ਬੇਸ਼ੱਕ ਭਾਵੇਂ ਕਿ ਗੋਦੀ ਮੀਡੀਆ ਵੀ ਹੈ ਪਰ ਉਹਦੇ ਬਾਵਜੂਦ ਇੱਥੇ ਪੰਜਾਬ ਦੇ ਪੁੱਤ, ਪੰਜਾਬ ਪੰਥ, ਮਨੁੱਖੀ ਅਧਿਕਾਰ, ਜਮਹੂਰੀਅਤ, ਸੰਵਿਧਾਨ, ਕਾਨੂੰਨ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਹੈਗੇ ਆ ਜਿਹੜੇ ਮੀਡੀਆ ਦੇ ਰਾਹੀਂ ਇੱਕ ਇੱਕ ਮਿੰਟ ਦੀ ਖਬਰ ਸਾਹਮਣੇ ਲਈ ਆਉਂਦੇ ਆ। ਇਸ ਲਈ ਇਹ ਲੋਕ ਛਿਪੇ ਨਹੀਂ ਰਹਿਣਗੇ, ਇਹ ਸਾਹਮਣੇ ਹੋਣੇ ਆ। ਅਤੇ ਜਿਹੜਾ ਸੁਖਬੀਰ ਬਾਦਲ ਨੇ ਵੱਡੀ ਬੱਜਰ ਗਲਤੀ ਕੀਤੀ ਆ ਕਿ ਇੱਕ ਉਹਨਾਂ ਦਾ ਬਾਬਾ ਹੈ, ਇੱਕ ਮੈਂ ਪੰਥ ਦਾ ਬਾਬਾ ਹੈ। ਇਹ ਜਿਹੜਾ ਇਹਨੇ ਗੁਰੂ ਬਣਨ ਦੀ ਅਵੱਗਿਆ ਕੀਤੀ ਹੈ, ਮੁਖੀ ਹੋਣ ਦੀ ਗੱਲ ਆਖੀ ਹੈ, ਇਹਦੀ ਸਜ਼ਾ ਇਹਨੂੰ ਭੁਗਤਣੀ ਪੈਣੀ ਹੈ। ਇਹ ਪੰਥ ਕਦੇ ਵੀ ਇਹਨੂੰ ਮਾਫ਼ ਨਹੀਂ ਕਰੂਗਾ। ਅਤੇ ਨਾਲ ਨਾਲ ਸਮੁੱਚੇ ਪੰਥ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਗੁਰੂ ਬਾਬੇ ਹੋਣ ਦੇ ਸੁਪਨੇ ਲੈ ਕੇ ਅਤੇ ਇਹ ਗੱਲਾਂ ਕਰ ਚੁੱਕੇ ਆ, ਇਹਨਾਂ ਦੀ ਸਜ਼ਾ ਇਹਨਾਂ ਨੂੰ ਬਣਦੀ ਜ਼ਰੂਰ ਪੰਥ ਦੇਵੇ, ਪੰਜਾਬ ਦੇਵੇ। ਅਤੇ ਨਾਲ ਇਹ ਵੀ ਕਹਾਂਗਾ ਕਿ ਵਾਹਿਗੁਰੂ ਇਹਨਾਂ ਨੂੰ ਜਿਉਂਦੇ ਵੀ ਰੱਖੀ, ਕਿਉਂਕਿ ਇਹ ਸਾਰੇ ਦਿਨ ਵੇਖਣ। ਹਾਂ, ਜੇ ਮਰ ਗਏ ਫਿਰ ਮਗਰੋਂ ਕਹਾਣੀ ਮੁੱਕ ਜਾਣੀ। ਔਰੰਗਜ਼ੇਬ ਨੂੰ ਜਿਉਂਦਾ ਰੱਖਿਆ ਸੀ ਮਹਾਰਾਜ ਨੇ, ਵੀ ਮੈਂ ਮਾਰ ਵੀ ਸਕਦੇ ਸੀ ਉਹਨੂੰ ਚਮਕੌਰ ਦੇ ਵਿੱਚ, ਜੇ ਇੰਨੇ ਬੰਦੇ ਮਾਰੇ ਆ ਤੀਰਾਂ ਨਾਲ ਉਹਦੇ ਵੀ ਤੀਰ ਮਾਰ ਸਕਦੇ ਸੀ, ਪਰ ਜਿਉਂਦਾ ਰੱਖਿਆ। ਵੀ ਅਜੇ ਅੰਤ ਸਮੇਂ ਆਪਾਂ ਇੱਕ ਇੱਕ ਚਿੱਠੀ ਲਿਖਣੀ। ਔਰੰਗਜ਼ੇਬ ਨੇ ਹਾਰ ਦੀ ਲਿਖੀ, ਕਲਗੀਧਰ ਨੇ ਜਿੱਤ ਦਾ ਜ਼ਫਰਨਾਮਾ ਲਿਖਿਆ। ਉਹਨੇ ਗੁਨਾਹਾਂ ਦੀ ਗੱਲ ਕਹਿ ਕੇ ਆਖਿਆ। ਔਰੰਗਜ਼ੇਬ ਕਹਿੰਦਾ ਮੇਰੇ ਵਰਗੇ ਨੂੰ ਖੁਦਾਵੰਦ ਬਾਦਸ਼ਾਹ ਨਾ ਬਣਾਈ, ਅਤੇ ਕਲਗੀਧਰ ਪਿਤਾ ਨੇ ਆਖਿਆ ਮੇਰੇ ਵਰਗੇ ਨੂੰ ਵਾਰ ਵਾਰ ਗੋਬਿੰਦ ਸਿੰਘ ਬਣਾਈ। ਇਹ ਚੀਜ਼ਾਂ ਜਿਹੜੀਆਂ ਪੰਥ ਲਿਖ ਸਕੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲਬਾਤ ਕੀਤੀ ਭਾਈ ਬਲਦੇਵ ਸਿੰਘ ਵਡਾਲਾ ਨਾਲ ਸਾਰੇ ਮਸਲੇ 'ਤੇ। ਉਹਨਾਂ ਨੇ ਪ੍ਰਦੀਪ ਕਲੀਅਰ ਵਾਲੀ ਗੱਲ 'ਤੇ ਵੀ ਸਵਾਲ ਉਠਾਇਆ ਕਿ ਪਹਿਲਾਂ ਰਲ ਕੇ ਚੱਲਦੇ ਸੀ, ਹੁਣ ਕੋਈ ਮਾੜਾ ਰੌਲਾ ਪੈ ਗਿਆ, ਪਰ ਅਸੀਂ ਕਿਵੇਂ ਯਕੀਨ ਕਰੀਏ? ਪਰ ਜੋ ਕੁਝ ਪੰਥ ਨਾਲ ਕਰ ਰਹੇ ਆ ਸੁਖਬੀਰ ਸਿੰਘ ਬਾਦਲ, ਜੋ ਕੁਝ ਹੁਣ ਕਾਰਵਾਈਆਂ ਕਰ ਰਹੇ ਆ, ਪੰਥ ਨੇ ਮਾਫ਼ ਨਹੀਂ ਕਰਨਾ। ਜਿਹੜੀ ਉਹਨਾਂ ਦੀ ਸਜ਼ਾ ਉਹਨਾਂ ਨੂੰ ਮਿਲ ਰਹੀ ਹੈ ਅਤੇ ਅੱਗੇ ਮਿਲਦੀ ਰਹੇਗੀ।